ਵਾਲੇਕੁਮ ਵਿਵਰਸ, ਕੀ ਹਾਲ ਹੈ ਤੁਹਾਡਾ? ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੈ, ਕਿਰਿਅਤ ਨਾਲ ਹੋਵੋਗੇ। ਅੱਲਾਹ ਤਾਲਾ ਤੁਹਾਨੂੰ 5 ਦਿਨ ਪਾ ਦੇ ਸਦਕੇ ਹਮੇਸ਼ਾ ਖੁਸ਼ ਅਤੇ ਆਬਾਦ ਰੱਖੇ। ਅੱਜ ਦੀ ਰੈਸਪੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਪੀਜ਼ੇ ਦੀ, ਫਰਾਈ ਪੈਨ ਵਿੱਚ ਪੀਜ਼ਾ। ਤਾਂ ਚਲੋ ਰੈਸਪੀ ਨੂੰ ਸਟਾਰਟ ਕਰਦੇ ਹਾਂ। ਬਹੁਤ ਹੀ ਈਜ਼ੀ ਪੀਜ਼ਾ, ਬਹੁਤ ਹੀ ਸਸਤਾ, ਘਰ ਹੀ ਬਣ ਜਾਂਦਾ ਵੇ। ਤਾਂ ਚਲੋ ਤੁਹਾਨੂੰ ਦਿਖਾਉਂਦੀ ਹਾਂ ਕਿ ਤੁਸੀਂ ਵੀ ਈਜ਼ੀ ਆਪਣੇ ਘਰ ਬਣਾ ਲਿਆ ਕਰੋ, ਬਹੁਤ ਮਹਿੰਗਾ ਬਾਜ਼ਾਰ ਦਾ ਵੇ। ਚਲੋ ਰੈਸਪੀ ਸਟਾਰਟ ਕਰ। ਡੂ ਦੀ ਰੈਸਪੀ ਮੈਂ ਤੁਹਾਨੂੰ ਦਿੱਤੀ ਹੋਈ ਹੈ, ਇਹ ਵਾਲਾ ਇੱਕ ਪੇੜਾ ਡੂ ਦਾ ਵੇ। ਅਗਰ ਤੁਸੀਂ ਬਣਾ ਸਕਦੇ ਹੋ ਤਾਂ ਦੇਖ ਕੇ ਬਣਾ ਲਿਓ, ਅਗਰ ਨਹੀਂ ਬਣਾ ਸਕਦੇ ਤਾਂ ਤੁਸੀਂ ਹੋਟਲ ਤੋਂ ਮੰਗਵਾ ਕੇ ਇੱਕ ਪੇੜਾ ਅਤੇ ਈਜ਼ੀ ਪੀਜ਼ਾ ਬਣਾ ਸਕਦੇ ਹੋ ਤੁਸੀਂ। ਐਵੇਂ ਸੋਸ ਜਿਹੜੀ ਪੀਜ਼ੇ ਦੀ ਹੈ, ਨਾਲ ਨਾਲ ਹੀ ਮੈਂ ਤੁਹਾਨੂੰ ਦੱਸਦੀ ਹਾਂ। ਚਲੋ ਚਲੋ ਜੀ, ਫਰਾਈ ਪੈਨ ਰੱਖ ਦਿੱਤਾ ਮੈਂ ਪਹਿਲੇ। ਆਪਾਂ ਇਸ ਤਰ੍ਹਾਂ ਆਇਲ ਲਗਾ ਰੱਖ ਦਿੰਦੇ ਹਾਂ ਚਿਕਨ, ਥੋੜ੍ਹਾ ਜਿਹਾ ਅਦਰਕ ਲਸਣ ਦਾ ਇਹ ਪਾਊਡਰ ਹੈ, ਇਹ ਵਾਲਾ ਟਿੱਕਾ ਮਸਾਲਾ ਹੈ। ਇਸ ਤਰ੍ਹਾਂ ਅੱਛੀ ਤਰ੍ਹਾਂ ਆਪਾਂ ਚਿਕਨ ਫਰਾਈ ਕਰ ਲਾਂਗੇ। ਇਸ ਤਰ੍ਹਾਂ ਮੈਂ ਥੋੜ੍ਹਾ ਜਿਹਾ ਪਾਣੀ ਪਾਇਆ ਸੀ, ਕੈਮਰਾ ਬੰਦ ਹੀ ਸੀਗਾ ਜਦੋਂ ਮੈਂ ਪਾਣੀ ਪਾਇਆ ਅਤੇ ਮੈਂ ਕਿਹਾ ਜ਼ਰਾ ਬੋਟੀਆਂ ਬੜੀਆਂ ਨੇ ਨਾ, ਗਲ ਜਾਣਗੀਆਂ ਜ਼ਰਾ। ਚਲੋ ਜੀ, ਉੱਧਰ ਆਪਣੀ ਚਿਕਨ ਗਲ ਜਾਂਦੀ ਹੈ ਅਤੇ ਆਪਾਂ ਫਿਰ ਪਹਿਲੇ ਮੈਂ ਇੱਧਰ ਮੈਂ ਕਿਹਾ ਤੁਹਾਨੂੰ ਦੱਸ ਦਿਆਂ ਨਾਲ ਨਾਲ ਹੀ ਕਿ ਆਪਾਂ ਪੀਜ਼ੇ ਦਾ ਜਿਹੜਾ ਪੇੜਾ ਬਣਾਇਆ ਹੋਇਆ ਸੀ ਇਸ ਤਰ੍ਹਾਂ, ਮਾਸ਼ਾਅੱਲਾ ਬਹੁਤ ਹੀ ਪਿਆਰਾ ਇਸ ਤਰ੍ਹਾਂ। ਇਸ ਤਰ੍ਹਾਂ ਅਗਰ ਛੋਟਾ ਫਰਾਈ ਪੈਨ ਹੈ ਤੁਸੀਂ ਛੋਟੇ ਫਰਾਈ ਪੈਨ 'ਚ ਵੀ ਬਣਾ ਸਕਦੇ ਹੋ, ਮੇਰੇ ਕੋਲ ਬੜਾ ਫਰਾਈ ਪੈਨ ਹੈ, ਇਹ ਤੁਸੀਂ ਦੇਖ ਸਕਦੇ ਹੋ। ਅਤੇ ਮੈਂ ਆਖਿਆ ਚੱਲ ਮੈਂ ਇਹਦੇ 'ਚ ਬਣਾ ਲੈਂਦੀ ਹਾਂ ਇਸ ਤਰ੍ਹਾਂ ਅੱਛੀ ਤਰ੍ਹਾਂ ਫੈਲਾ ਦੇਣਾ। ਚਲੋ ਜੀ, ਚਿਕਨ ਆਪਣੀ ਤਿਆਰ ਹੋ ਗਈ ਹੈ ਅਤੇ ਹੁਣ ਆਪਾਂ ਪੀਜ਼ਾ ਬਣਾਉਂਦੇ ਹਾਂ। ਪੀਜ਼ੇ ਦੀ ਰੋਟੀ ਪਹਿਲੇ ਮੈਂ ਤਵੇ 'ਤੇ ਬਣਾ ਲਾਂਗੀ, ਇੱਕ ਵਾਰੀ ਪਕਾ ਲਾਂਗੀ, ਇੱਕ ਵਾਰੀ ਇਸ ਤਰ੍ਹਾਂ ਥੱਲਾਂਗੀ, ਫਿਰ ਦੂਸਰੀ ਦਫ਼ਾ ਥੱਲਾਂਗੀ, ਤਾਂ ਕਿ ਨਾ ਪੀਜ਼ਾ ਜਿਹੜਾ ਵੇ ਉਹ ਕੱਚਾ ਨਾ ਰਹੇ। ਇਸ ਤਰ੍ਹਾਂ ਨਾ ਚਿਮਟੇ ਦੀ ਮਦਦ ਨਾਲ ਆਪਾਂ ਇਸ ਤਰ੍ਹਾਂ ਕਰ ਲਾਂਗੇ। ਚਲੋ ਇਸ ਤਰ੍ਹਾਂ ਹੀ ਹੁਣ ਆਪਾਂ, ਚਲੋ ਜੀ ਇਸ ਤਰ੍ਹਾਂ ਆਪਾਂ ਥੁੱਲ ਦਿਆਂਗੇ, ਸਹੀ ਹੋ ਗਿਆ ਵੇ। ਚਲੋ ਜੀ, ਤੁਸੀਂ ਆਹ ਦੇਖ ਸਕਦੇ ਹੋ। ਹੁਣ ਆਪਾਂ ਪਾਵਾਂਗੇ ਪੀਜ਼ਾ ਸੌਸ, ਇਹਦੇ ਵਿੱਚ ਮੈਂ ਮਾਇਓਨੀਜ਼ ਕੈਚਪ ਵਿੱਚ ਅਤੇ ਦੜਾ ਮੇਰੇ ਹਾਫ ਚਮਚ ਮੈਂ ਪਾਇਆ ਸੀ, ਬਹੁਤ ਈਜ਼ੀ ਹੈ ਇਹ ਵਾਲੀ ਚੀਜ਼। ਟਮਾਟਰ, ਸ਼ਿਮਲਾ ਮਿਰਚ, ਪਿਆਜ਼, ਚਿਕਨ, ਫਿਗਰੋ, ਇਹਨੂੰ ਓਲੇ ਵੀ ਕਹਿੰਦੇ ਨੇ, ਓਰੇਗਾਨੋ ਪੀਜ਼ੇ ਦੀ ਜਾਨ, ਇਸ ਤਰ੍ਹਾਂ ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਆਪਾਂ ਛਿੜਕ ਦਿਆਂਗੇ। ਇਸ ਤਰ੍ਹਾਂ ਚੀਜ਼ ਉੱਪਰ ਫਿਰ ਲਗਾ ਦਿਆਂਗੇ ਕਸ਼ ਕਰਕੇ। ਮਾਇਓਨੀਜ਼, ਚਲੋ ਜਿਸ ਤਰ੍ਹਾਂ ਮੈਂ ਤਵਾ ਉੱਪਰ ਰੱਖ ਦਿੱਤਾ ਹਲਕੀ ਆਂਚ ਕਰਕੇ, ਅਤੇ ਆਪਾਂ ਇਹ ਵਾਲਾ ਫਰਾਈ ਪੈਨ ਉੱਪਰ ਰੱਖਦੇ ਹਾਂ ਪੀਜ਼ਾ, ਮਜ਼ੇਦਾਰ। ਅਗਰ ਤੁਹਾਨੂੰ ਪਸੰਦ ਆਏ ਤਾਂ ਲਾਈਕ ਜ਼ਰੂਰ ਕਰਿਓ, ਸਬਸਕ੍ਰਾਈਬ ਵੀ ਕਰਿਓ, ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਰੈਸਪੀ ਤੁਹਾਡੇ ਤੱਕ ਬਰ ਵਕਤ ਪਹੁੰਚੇ। ਇਸ ਤਰ੍ਹਾਂ ਉੱਪਰ ਢੱਕਣ ਦੇ ਦਿਆਂਗੇ, ਬਹੁਤ ਕਮ ਟਾਈਮ ਲੱਗਦਾ ਵੇ, ਬਹੁਤ ਹੀ ਸਸਤਾ ਪੀਜ਼ਾ ਬਣ ਜਾਂਦਾ ਵੇ। ਘਰ ਤੁਸੀਂ ਬਣਾ ਕੇ ਦੇਖਿਓ, ਇਨਸ਼ਾਅੱਲਾ ਤੁਹਾਨੂੰ ਬਹੁਤ ਮਜ਼ਾ ਆਏਗਾ। ਫਰਾਈ ਪੈਨ ਵਿੱਚ ਬਣਾ ਲਓ ਤੁਸੀਂ, ਸੋ ਅਗਰ ਨਹੀਂ ਓਵਨ ਹੈ ਤਾਂ ਫਰਾਈ ਪੈਨ ਵਿੱਚ ਬਣਾ ਕੇ ਤਵੇ 'ਤੇ ਰੱਖ ਕੇ ਤੁਸੀਂ ਈਜ਼ੀ ਵੇ ਹੀ ਲਿਆ ਵੇ, ਅਤੇ ਤੁਸੀਂ ਈਜ਼ੀ ਘਰ ਬਣਾ ਲਿਆ ਕਰੋ। ਜ਼ਰੂਰ ਤੁਸੀਂ ਬਾਹਰ ਪੀਜ਼ਾ ਇੰਨਾ ਮਹਿੰਗਾ ਮੰਗਵਾਉਣਾ ਵੇ, ਇਹ ਤੁਹਾਨੂੰ KFC ਦਾ ਵੀ ਮਜ਼ਾ ਆਏਗਾ। ਸਿਰਫ 5 ਮਿੰਟ ਵੇਟ ਕਰੋ, 5 ਮਿੰਟਾਂ 'ਚ ਪੀਜ਼ਾ ਆਪਣਾ ਤਿਆਰ। ਚਲੋ ਜੀ, 10 ਮਿੰਟ ਹੋ ਗਏ ਨੇ, ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਸੇਕ ਨਿਕਲਣ ਡਿਆ ਵੇ। ਚਲੋ ਜੀ, ਇਸ ਤਰ੍ਹਾਂ ਕਟਿੰਗ ਕਰਨੇ ਆ। ਚਲੋ ਜੀ, ਦੇਖ ਸਕਦੇ ਹੋ, ਅਗਰ ਤੁਹਾਨੂੰ ਪਸੰਦ ਆਏ ਤਾਂ ਲਾਈਕ ਜ਼ਰੂਰ ਕਰਿਓ। ਚਲੋ ਜੀ, ਮਿਲਦੇ ਹਾਂ ਦੂਸਰੀ ਰੈਸਪੀ ਦੇ ਨਾਲ, ਉਦੋਂ ਤੱਕ ਰੱਬ ਰੱਖ।